ਸਤਿ ਸ਼੍ਰੀ ਅਕਾਲ, ਮੈਂ ਹਾਂ ਸ਼ਮਿੰਦਰ ਸਿੰਘ ਅਤੇ ਤੁਸੀਂ ਦੇਖ ਰਹੇ ਹੋ ਸੀਸੀਐਨ ਆਵਾਜ਼। ਆਓ ਸਭ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਹੁਣ ਤੱਕ ਦੀਆਂ ਕੁਝ ਖਾਸ ਸੁਰਖੀਆਂ 'ਤੇ। ਚੋਣ ਜਾਬਤੇ ਦੇ ਮੱਦੇਨਜ਼ਰ ਸ੍ਰੀ ਅਨੰਦਪੁਰ ਸਾਹਿਬ ਦੇ ਹੋਲੇ ਮਹੱਲੇ ਦੌਰਾਨ ਰਾਜਨੀਤਿਕ ਗਤੀਵਿਧੀਆਂ 'ਤੇ ਲਾਈਵ ਪਾਬੰਦੀ। ਸਮਝੌਤਾ ਐਕਸਪ੍ਰੈਸ ਬੰਬ ਬਲਾਸਟ ਕਰਨ ਦੀ ਸੁਣਵਾਈ NIA ਪੰਚਕੂਲਾ ਅਦਾਲਤ ਵੱਲੋਂ 14 ਮਾਰਚ 'ਤੇ। ਪਟਿਆਲਾ ਵਿੱਚ 13 ਸਾਲਾਂ ਤੋਂ ਪਾਣੀ ਅਤੇ ਸੀਵਰੇਜ ਦਾ ਨਜਾਇਜ਼ ਬਿੱਲ ਵਸੂਲਣ ਦਾ ਮਾਮਲਾ ਆਇਆ ਸਾਹਮਣੇ ਅਤੇ ਬਟਾਲਾ ਵਿੱਚ ਲੱਗਣ ਵਾਲੇ ਸਾਰਸ ਮੇਲੇ ਦੀਆਂ ਤਿਆਰੀਆਂ ਮੁਕੰਮਲ। ਇਸ ਵਾਰ ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲਾ ਮਹੱਲਾ ਰਾਜਨੀਤੀ ਦੇ ਕੂੜ ਪ੍ਰਚਾਰ ਤੋਂ ਮੁਕਤ ਹੋਵੇਗਾ। ਚੋਣਾਂ ਨੂੰ ਲੈ ਕੇ ਰਾਜਸੀ ਗਤੀਵਿਧੀਆਂ 'ਤੇ ਪਾਬੰਦੀ ਲਾ ਦਿੱਤੀ ਗਈ ਹੈ। ਡਿਪਟੀ ਕਮਿਸ਼ਨਰ ਰੋਪੜ SK ਬੈਂਸ ਨੇ ਦੱਸਿਆ ਕਿ ਰੋਪੜ ਜ਼ਿਲ੍ਹੇ ਵਿੱਚ ਪੈਂਦੇ ਸ੍ਰੀ ਅਨੰਦਪੁਰ ਸਾਹਿਬ ਵਿੱਚ ਹੋਣ ਵਾਲੇ ਹੋਲਾ ਮਹੱਲਾ ਦੌਰਾਨ ਜੋ ਵੀ ਰਾਜਨੀਤਿਕ ਨੁਮਾਇੰਦੇ ਆਉਣਗੇ ਉਹਨਾਂ ਦੀ ਪ੍ਰਸ਼ਾਸਨ ਵੱਲੋਂ ਪੂਰੀ ਨਿਗਾਹ ਰੱਖੀ ਜਾਵੇਗੀ। ਇਸ ਮੌਕੇ ਕੋਈ ਵੀ ਰਾਜਸੀ ਸੰਦੇਸ਼ ਦੇਣ ਦੀ ਆਗਿਆ ਨਹੀਂ ਹੋਵੇਗੀ। ਜੇ ਕਿਸੇ ਨੇ ਅਜਿਹਾ ਕੀਤਾ ਤਾਂ ਚੋਣ ਨਿਯਮਾਂ ਮੁਤਾਬਕ ਉਹਨਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। DC ਨੇ ਦੱਸਿਆ ਕਿ ਰੂਪਨਗਰ ਜ਼ਿਲ੍ਹੇ ਵਿੱਚ ਕੁੱਲ 634 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ ਵਿੱਚ 221, ਚਮਕੌਰ ਸਾਹਿਬ ਵਿੱਚ 214 ਅਤੇ ਰੂਪਨਗਰ ਵਿੱਚ 199 ਪੋਲਿੰਗ ਬੂਥ ਬਣਾਏ ਗਏ ਹਨ। ਸਾਰਿਆਂ ਨੂੰ ਇਹੀ ਡਾਇਰੈਕਸ਼ਨ ਦਿੱਤੀ ਹੈਗੀ ਕਿ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ ਉਹਦੇ ਜੋ ਵੀ ਗਾਈਡਲਾਈਨਸ ਹੈਗੀਆਂ ਉਹ ਫੋਲੋ ਕੀਤੀਆਂ ਜਾਣ, ਅਤੇ ਚਾਹੇ ਉਹ ਰਸਤੇ ਵਿੱਚ ਕੋਈ ਹੋਰਡਿੰਗ ਲੱਗਿਆ ਹੈਗਾ ਜਾਂ ਸਰਕਾਰੀ ਦਫ਼ਤਰਾਂ 'ਚ ਕੋਈ ਪੋਲੀਟੀਕਲ ਮੈਸੇਜਿੰਗ ਹੋਈ ਹੈ ਉਹ ਸਾਰਾ ਰਿਮੂਵ ਕਰਨ ਦੀ ਹਦਾਇਤ ਦਿੱਤੀ ਹੈ। ਨਾਲ ਹੀ ਮੀਡੀਆ ਨੂੰ ਵੀ ਇਹੀ ਰਿਕੁਐਸਟ ਕਰਦੇ ਹਾਂ ਕਿ ਕੋਈ ਵੀ ਪੇਡ ਨਿਊਜ਼ ਜਿਹੜੀ ਹੈ ਉਹ ਨਾ ਆਵੇ, ਔਰ ਅਗਰ ਕੋਈ ਵੀ ਵਾਇਲੇਸ਼ਨ ਹੋ ਰਹੀ ਹੈ ਤੁਸੀਂ ਸਾਨੂੰ ਦੱਸੋ, ਔਰ ਸਾਡੀ ਟੀਮਾਂ ਵੀ ਬਿਲਕੁਲ ਐਕਟਿਵ ਹੋ ਚੁੱਕੀਆਂ ਹੈਗੀਆਂ ਔਰ ਇਮੀਡੀਏਟਲੀ ਉਹਦੇ 'ਤੇ ਐਕਸ਼ਨ ਲਿਆ ਜਾਵੇਗਾ। ਔਰ ਸਾਰੇ ਪਾਰਲੀਮੈਂਟਰੀ ਕੰਸਟੀਟੂਐਂਸੀ ਅਨੰਦਪੁਰ ਸਾਹਿਬ ਵਿੱਚ ਬਿਲਕੁਲ ਫ੍ਰੀ ਐਂਡ ਫੇਅਰ ਇਲੈਕਸ਼ਨ ਕਰਵਾਈ ਜਾਵੇ। ਸਰ, ਆਪਣੇ ਨੈਸ਼ਨਲ ਫੈਸਟੀਵਲ ਆਉਂਦਾ ਹੋਲਾ ਮਹੱਲਾ, ਉਹਦੇ 'ਚ ਵੀ ਵਿੱਚ ਕਿਸ ਤਰ੍ਹਾਂ ਦੀ ਡਾਇਰੈਕਸ਼ਨ ਦੇਵੇਗਾ? ਉਹਦੇ ਵਿੱਚ ਜੋ ਵੀ ਕੋਈ ਅਗਰ ਪੋਲੀਟੀਕਲ ਰਿਪ੍ਰੈਜੈਂਟੇਟਿਵ ਜਾਂ ਪੋਲੀਟੀਕਲ ਬੰਦੇ ਆ ਰਹੇ ਆ ਉਹਨਾਂ ਦੀ ਵੀਡੀਓਗ੍ਰਾਫੀ ਹੋਵੇਗੀ, ਔਰ ਉਹਦੇ ਵਿੱਚੋਂ ਕੋਈ ਪੋਲੀਟੀਕਲ ਮੈਸੇਜਿੰਗ ਅਸੀਂ ਇਹ ਰਿਕੁਐਸਟ ਕਰਦੇ ਹਾਂ ਕਿ ਨਾ ਹੋਵੇ, ਔਰ ਅਗਰ ਹੋਵੇਗੀ ਤਾਂ ਉਹਦੀ ਜਿਹੜੀ ਅਕਾਊਂਟਿੰਗ ਹੈਗੀ ਕੀਤੀ ਜਾਵੇਗੀ, ਔਰ ਉਹਦੇ ਵਿੱਚ ਵੀ ਜਿਹੜਾ ਅਗਰ ਕੋਈ ਬਾਅਦ ਵਿੱਚ ਕੈਂਡੀਡੇਟ ਦੇ ਖਰਚਾ ਉਹ ਵੀ ਪਾਇਆ ਜਾਵੇਗਾ। ਅਨੰਦਪੁਰ ਸਾਹਿਬ ਤੋਂ ਬਿਮਲ ਕੁਮਾਰ ਦੀ ਰਿਪੋਰਟ। 2007 ਵਿੱਚ ਭਾਰਤ ਪਾਕਿਸਤਾਨ ਵਿਚਾਲੇ ਚੱਲਦੀ ਸਮਝੌਤਾ ਐਕਸਪ੍ਰੈਸ ਵਿੱਚ ਹੋਏ ਬੰਬ ਬਲਾਸਟ ਦੇ ਦੋਸ਼ੀ ਸਵਾਮੀ ਅਸੀਮ ਨੰਦ ਨੂੰ ਪੰਚਕੂਲਾ ਅਦਾਲਤ ਵਿੱਚ ਪੇਸ਼ ਕੀਤਾ। ਅਗਲੀ ਸੁਣਵਾਈ 14 ਮਾਰਚ 'ਤੇ ਰੱਖ ਦਿੱਤੀ। ਰਾਸ਼ਟਰੀ ਜਾਂਚ ਏਜੰਸੀ ਪੰਚਕੂਲਾ ਅਦਾਲਤ ਵਿੱਚ ਸਮਝੌਤਾ ਐਕਸਪ੍ਰੈਸ ਬੰਬ ਬਲਾਸਟ ਦੇ ਮੁੱਖ ਦੋਸ਼ੀ ਸਵਾਮੀ ਅਸੀਮ ਨੰਦ ਨੂੰ ਪੇਸ਼ ਕੀਤਾ ਗਿਆ। ਮਾਣਯੋਗ ਅਦਾਲਤ ਵੱਲੋਂ ਇਸ ਦੀ ਸੁਣਵਾਈ 14 ਮਾਰਚ ਤੱਕ ਰੱਖ ਦਿੱਤੀ। ਦੱਸ ਦਈਏ ਕਿ 2007 ਵਿੱਚ ਇਸ ਰੇਲ ਗੱਡੀ ਵਿੱਚ ਚੱਲੇ ਬੰਬ ਕਾਰਨ 43 ਪਾਕਿਸਤਾਨੀ ਨਾਗਰਿਕਾਂ ਸਮੇਤ 68 ਬੇਕਸੂਰ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਖੂਨੀ ਕਾਂਡ ਦੀ ਸੁਣਵਾਈ ਉਸ ਮਾਣਯੋਗ ਜੱਜ ਜਗਦੀਪ ਸਿੰਘ ਕਰ ਰਹੇ ਹਨ ਜਿਨ੍ਹਾਂ ਨੇ ਬਲਾਤਕਾਰ ਅਤੇ ਕਤਲ ਕਾਂਡ ਵਿੱਚ ਡੇਰਾ ਸਿਰਸਾ ਮੁਖੀ ਗੁਰਮੀਤ ਸਿੰਘ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਸਨ। ਪੰਚਕੂਲਾ ਤੋਂ ਕਪਿਲ ਕੁਮਾਰ ਦੀ ਰਿਪੋਰਟ। ਨਗਰ ਪੰਚਾਇਤ ਹੰਡਿਆਇਆ ਵੱਲੋਂ ਨਜਾਇਜ਼ ਤੌਰ 'ਤੇ ਪਾਣੀ ਅਤੇ ਸੀਵਰੇਜ ਦੇ ਬਿੱਲ ਵਸੂਲਣ ਦੇ ਮਾਮਲੇ ਦੀ ਪੋਲ ਖੁੱਲ੍ਹਣ 'ਤੇ ਮਸਲਾ ਪੱਕ ਗਿਆ। ਭਗਵੰਤ ਮਾਨ ਨੇ ਪੀੜਤਾਂ ਨੂੰ ਨਾਲ ਲੈ ਕੇ ਨਗਰ ਪੰਚਾਇਤ ਤੋਂ ਜਵਾਬ ਮੰਗਿਆ। ਨਗਰ ਪੰਚਾਇਤ ਹੰਡਿਆਇਆ ਦੇ ਦਫ਼ਤਰ ਵਿੱਚ ਜਦ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਸਿੰਘ ਮਾਨ 5 ਮਰਲੇ ਤੱਕ ਦੇ ਘਰਾਂ ਵਾਲਿਆਂ ਦੇ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਬਿੱਲ ਮਾਫ਼ ਕਰਾਉਣ ਲਈ ਪੁੱਜੇ ਤਾਂ ਪਤਾ ਲੱਗਿਆ ਕਿ ਇਹਨਾਂ ਲੋਕਾਂ ਪਾਸੋਂ ਪਿਛਲੇ 13 ਸਾਲਾਂ ਤੋਂ ਗੈਰ ਕਾਨੂੰਨੀ ਤੌਰ 'ਤੇ ਬਿੱਲ ਵਸੂਲੇ ਜਾ ਰਹੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਜਦੋਂ 2006 ਵਿੱਚ ਪੰਜਾਬ ਸਰਕਾਰ ਵੱਲੋਂ 5 ਮਰਲੇ ਵਾਲੇ ਘਰਾਂ ਨੂੰ ਪੀਣ ਵਾਲੇ ਪਾਣੀ ਅਤੇ ਸੀਵਰੇਜ ਦੇ ਬਿੱਲ ਮਾਫ਼ ਹਨ ਤਾਂ ਨਗਰ ਪੰਚਾਇਤ ਨਜਾਇਜ਼ ਤੌਰ 'ਤੇ ਲੋਕਾਂ ਦੀ ਕਮਾਈ ਲੁੱਟ ਰਹੀ ਹੈ। ਗਰੀਬ ਪੀੜਿਤ ਲੋਕਾਂ ਦਾ ਕਹਿਣਾ ਹੈ ਕਿ ਉਹ ਛੋਟੇ ਮੋਟੇ ਕੰਮ ਕਰਕੇ ਬਹੁਤ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਦੇ ਹਨ। ਭਗਵੰਤ ਮਾਨ ਨੇ ਦੱਸਿਆ ਕਿ ਉਹਨਾਂ ਦੀ ਪਾਰਟੀ ਦੇ ਵਿਧਾਇਕ ਮੀਤ ਹੇਅਰ ਨੇ ਇਹ ਮੁੱਦਾ ਵਿਧਾਨ ਸਭਾ ਵਿੱਚ ਉਠਾਇਆ ਸੀ, ਜਿਸ 'ਤੇ ਨਵਜੋਤ ਸਿੰਘ ਸਿੱਧੂ ਨੇ ਕਿਹਾ ਸੀ ਕਿ 5 ਮਰਲਿਆਂ ਤੱਕ ਬਿੱਲ ਮਾਫ਼ ਹਨ, ਪਰ ਹੰਡਿਆਇਆ ਵਿੱਚ 1000 ਦੇ ਕਰੀਬ
ਗਰੀਬ ਪਰਿਵਾਰਾਂ ਤੋਂ 2 ਕਰੋੜ ਰੁਪਏ ਨਾਜਾਇਜ਼ ਤੌਰ 'ਤੇ ਵਸੂਲੇ ਜਾ ਰਹੇ ਹਨ। ਇੱਕ ਮਰਦਾ 6-6 ਮਹੀਨਾ ਤਨਖਾਹ ਨਹੀਂ ਦਿੱਤਾ ਜਾ ਰਿਹਾ ਇਸੇ ਕਮੇਟੀ ਦੇ ਵਿੱਚ, ਇਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ? ਇਹ ਤਾਂ ਮੈਨੂੰ ਕਮੇਟੀ ਵਾਲਿਆਂ ਨੇ ਦੱਸਿਆ ਕਿ 60 ਲੱਖ ਰੁਪਇਆ ਬਿਜਲੀ ਦਾ ਬਿੱਲ ਖੜਾ ਹੈ। ਫਿਰ ਸਥਾਨਕ ਸਰਕਾਰਾਂ ਜਿਹੜੀਆਂ ਦੇ ਮਿਨਿਸਟਰ ਨੇ ਨਵਜੋਤ ਸਿੰਘ ਸਿੱਧੂ, ਉਹ ਦੱਸਣ ਕਿ ਬਿਜਲੀ ਦੇ ਬਿੱਲ ਜਿਹੜੇ ਨੇ ਕੌਣ ਭਰੂਗਾ ਕਮੇਟੀਆਂ ਦੇ? ਪਿੰਡਾਂ ਦੇ ਵਿੱਚ ਪਾਣੀ ਦੀਆਂ ਟੈਂਕੀਆਂ ਦੇ ਬਿੱਲ ਖੜੇ ਨੇ 25-25 ਲੱਖ ਦੇ, ਸਕੂਲਾਂ ਦੇ ਬਿੱਲ ਖੜੇ ਨੇ। ਤਾਂ ਫਿਰ ਸਰਕਾਰ ਜਿਹੜੀ ਹੈ, ਜੇ ਬਿੱਲ ਲੋਕਾਂ ਨੇ ਆਪ ਹੀ ਤਾਰਨੇ ਨੇ ਡਾਇਰੈਕਟ, ਫਿਰ ਸਰਕਾਰ ਕੀ ਕਰਦੀ ਹੈ? ਸਰਕਾਰ ਜਿਹੜੇ ਟੈਕਸ ਲੈਂਦੀ ਹੈ ਗੌਰਮੈਂਟਾਂ ਤੋਂ, ਆਪਣੇ ਲੋਕਾਂ ਤੋਂ, ਉਹ ਕਦੋਂ ਅਤੇ ਕਿੱਥੇ ਦਿੱਤੇ ਜਾਂਦੇ ਨੇ? ਫਿਰ ਉਹ ਹਰੇਕ ਮਹਿਕਮੇ ਦਾ ਬਿੱਲ ਖੜਾ, ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ। ਅਸੀਂ ਉਠਾ ਰਹੇ ਹਾਂ ਜੀ, ਕੇਜਰੀਵਾਲ ਦਾ ਮਾਫ਼ੀ ਮੰਗਣ ਦਾ ਮਤਲਬ ਕੋਈ ਕਲੀਨ ਚਿੱਟ ਥੋੜ੍ਹੀ ਹੈ। ਉਹਨਾਂ ਨੇ ਆਪਦਾ ਕੇਸ ਵਾਪਸ ਲਿਆ ਤਾਂ ਫਰਜ਼ ਹੁਣ ਕਾਂਗਰਸ ਦਾ ਬਣਦਾ ਨਾ, ਜਿਨ੍ਹਾਂ ਨੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕਿਹਾ ਸੀ 4 ਹਫ਼ਤਿਆਂ 'ਚ ਲੱਖ ਤੋੜ ਦਾਂਗੇ। ਹੁਣ ਤਾਂ ਏਜੰਸੀਆਂ ਵੀ ਸਾਰੀਆਂ ਇਹਨਾਂ ਕੋਲ ਨੇ, ਪੁਲਿਸ ਵੀ ਇਹਨਾਂ ਕੋਲ ਹੈ, ED ਵੀ ਇਹਨਾਂ ਕੋਲ ਹੈ, STF ਵੀ ਇਹਨਾਂ ਕੋਲ ਹੈ, ਹੁਣ ਕਿਉਂ ਨਹੀਂ ਜਾਂਚ ਕਰਦੇ? ਜਦ ਵੀ ਅਸੀਂ ਕਹਿੰਦੇ ਹੋਈਏ ਜਾਂਚ ਨਾ, ਜਾਂਚ ਦੇ ਵਿੱਚੋਂ ਇੱਕਾ ਲਾਉਂਦੇ ਹੋਈਏ, ਅੱਜ ਤੱਕ ਇਹਨੇ ਕਰੋ ਕਾਰਵਾਈ ਕਰੋ। 2006 ਤੋਂ ਕੈਪਟਨ ਸਰਕਾਰ ਨੇ ਮਤਲਬ ਕਿ ਮਾਫ਼ ਕੀਤੇ ਸੀ, ਉਸ ਟਾਈਮ 'ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ ਅਤੇ ਇਸ ਟਾਈਮ ਵੀ ਕੈਪਟਨ ਮੁੱਖ ਮੰਤਰੀ ਅਮਰਿੰਦਰ ਸਿੰਘ ਹੀ ਹੈ, ਜੋ ਕਿ 2006 ਤੋਂ ਲੈ ਕੇ ਹੁਣ ਤੱਕ ਦੇ ਬਿੱਲ ਹੈਗੇ ਸੀ ਸਾਰੇ ਮਾਫ਼। ਸਾਡੀ ਪੰਚਾਇਤ ਮੁਨੀ ਨੂੰ 1 ਸਾਲ ਹੋ ਗਿਆ ਅਤੇ ਹੁਣ ਸਾਡੇ ਧਿਆਨ 'ਚ ਪਿੱਛੇ ਜਿਹੇ ਹੀ ਆਇਆ ਵੀ ਮਤਲਬ ਕਿ ਇੱਥੇ ਬਿੱਲ ਲਈ ਜਾਂਦੇ ਆ, ਜੋ ਕਿ ਕਮੇਟੀ ਵੱਲੋਂ ਕੋਈ ਵੀ ਮਤਾ ਨਹੀਂ ਪਿਆ ਹੋਇਆ। ਜਿਹੜੇ 13 ਸਾਲ ਬਿੱਲ ਲਿੱਤੇ ਹੈ, ਕਿਸੇ ਨੇ ਵੀ ਲਿੱਤੇ ਆ, ਚਾਹੇ ਮੈਂ ਲੈ ਲਏ ਜਾਂ ਮੇਰੇ ਤੋਂ ਪਹਿਲਾਂ ਨੇ ਕਿਸੇ ਨੂੰ ਲਿੱਤੇ, ਉਹਨਾਂ ਦੇ ਖਿਲਾਫ਼ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਰਹੀ ਗੱਲ ਅੱਜ ਦੀ, ਜੋ ਕਿ ਆਪਣੇ MP ਸਾਹਿਬ ਭਗਵੰਤ ਮਾਨ ਜੀ, ਜੋ ਕਿ ਸਾਬਕਾ MP ਨੇ ਹੁਣ, ਉਹ ਆਏ ਨੇ ਅਤੇ ਇਹ 5 ਸਾਲ ਵੀ ਇੱਥੇ MP ਰਹਿ ਚੁੱਕੇ ਨੇ, ਜਦੋਂ ਕਿ ਹੁਣ MP ਨਹੀਂ ਹੈਗੇ, ਤਾਂ ਇਹਨਾਂ ਨੂੰ ਅੱਜ ਬਿੱਲਾਂ ਦਾ ਯਾਦ ਆਇਆ। ਸਿਰਫ ਇੱਕ ਰਾਜਨੀਤੀ ਸਟੰਟ ਹੈ, ਰਾਜਨੀਤੀ ਦੀ ਭੇਟ ਹੈ, ਇੱਕ ਵੋਟਾਂ ਦੇ ਚੋਣ ਜ਼ਾਬਤੇ 'ਚ ਆ ਕੇ ਦੇਖੋ ਤੁਸੀਂ, ਇੱਕ ਇਕੱਠ ਕਰਨਾ, ਲੋਕਾਂ ਨੂੰ ਗਲਤ ਗੁੰਮਰਾਹ ਕੀਤਾ ਗਿਆ ਵੀ ਅਸੀਂ ਮਤਲਬ ਕਿ ਬਿਜਲੀ ਦੇ ਵੀ ਤੁਹਾਡੇ ਬਿੱਲ ਮਾਫ਼ ਕਰਾਵਾਂਗੇ, ਪਰ ਬਿਜਲੀ ਦੇ ਬਿੱਲ ਨਾਲ ਕੋਈ ਚਾਲਕ ਨਹੀਂ, ਇਹਦਾ ਤੂੜੀ ਦੇ ਬਿੱਲ ਦਾ। ਬਰਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ। ਜ਼ਿਲ੍ਹਾ ਗੁਰਦਾਸਪੁਰ ਦੇ ਸ਼ਹਿਰ ਬਟਾਲਾ ਵਿੱਚ ਲੱਗਣ ਵਾਲੇ ਸਾਰਸ ਮੇਲੇ ਦੀਆਂ ਪ੍ਰਸ਼ਾਸਨ ਵੱਲੋਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਰਹੀਆਂ ਹਨ। ਪੁਲਿਸ ਵੱਲੋਂ ਵੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾ ਰਹੇ ਹਨ। ਜ਼ਿਲ੍ਹਾ ਗੁਰਦਾਸਪੁਰ ਦੀ ਬਟਾਲਾ ਦਾਣਾ ਮੰਡੀ ਵਿੱਚ 14 ਮਾਰਚ ਤੋਂ 25 ਮਾਰਚ ਤੱਕ ਚੱਲਣ ਵਾਲੇ ਸਾਰਸ ਮੇਲੇ ਵਿੱਚ ਭਾਰਤ ਭਰ ਦੇ ਸ਼ਿਲਪਕਾਰ ਪੁੱਜ ਰਹੇ ਹਨ। ਇਸ ਮੇਲੇ ਵਿੱਚ ਸ਼ਿਲਪਕਾਰ ਵੱਲੋਂ ਆਪਣੇ ਹੱਥਾਂ ਨਾਲ ਤਿਆਰ ਕੀਤੀਆਂ ਕਲਾਕ੍ਰਿਤੀਆਂ ਨੂੰ ਵੇਚਿਆ ਜਾਵੇਗਾ। ਸਾਰਸ ਮੇਲੇ ਵਿੱਚ ਵੱਖ ਵੱਖ ਰਾਜਾਂ ਦੇ ਨਾਚ ਦੀਆਂ ਝਲਕੀਆਂ ਵੀ ਵੇਖਣ ਨੂੰ ਮਿਲਣਗੀਆਂ। ਇਸ ਮੇਲੇ ਵਿੱਚ ਭਾਰਤ ਭਰ ਦੀ ਸੱਭਿਅਤਾ ਦੇ ਦਰਸ਼ਨ ਹੋਣਗੇ। SSP ਉਪਿੰਦਰਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਸਾਰਸ ਮੇਲੇ ਨੂੰ ਲੈ ਕੇ ਸੁਰੱਖਿਆ ਦੇ ਕਰੜੇ ਪ੍ਰਬੰਧ ਕੀਤੇ ਗਏ ਹਨ। ਉਹਨਾਂ ਇਹ ਵੀ ਕਿਹਾ ਕਿ 200 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਜਾਣਗੇ ਅਤੇ ਹਰ ਪਾਸੇ CCTV ਕੈਮਰੇ ਵੀ ਲਾਏ ਜਾ ਰਹੇ ਹਨ। ਇੱਥੇ 14 ਤੋਂ 25 ਤੱਕ ਲਾਇਆ ਜਾਣਾ, ਇਹਦੀ ਪ੍ਰੋਪਰ ਸਿਕਿਉਰਿਟੀ ਅਰੇਂਜਮੈਂਟ ਕਰ ਰਹੇ ਹਾਂ। ਬੜਾ ਸਿਸਟਮੈਟਿਕਲੀ ਇਹਦਾ ਪੰਡਾਲ ਤਿਆਰ ਕੀਤਾ, ਜਿਹਦੇ ਲਈ ਗੇਟ ਬੜੇ ਵਧੀਆ ਤਰੀਕੇ ਨਾਲ ਬਣਾਏ ਗਏ ਨੇ। ਜਿਹੜੇ ਸਾਰੇ ਗੇਟ ਨੇ ਉੱਥੇ ਫੋਰਸ ਲਾਵਾਂਗੇ, ਅਦਰਵਾਈਜ਼ ਇਹਦੇ 4 ਸਵੇਰੇ ਸਾਡੀਆਂ ਕੋਈ ਕੁਰੈਕਸ਼ਨ ਟੀਮਸ ਆਉਣਗੀਆਂ, ਡੇਲੀ ਇਹਦੀ ਐਂਟੀਸੈਪਟਿਕ ਚੈਕਿੰਗ ਕਰਾਵਾਂਗੇ। ਅਤੇ ਜਿਹੜੀ ਈਵਨ ਪਾਰਕਿੰਗ ਏਰੀਆ ਵੀ ਬਹੁਤ ਵਧੀਆ ਤਿਆਰ ਕੀਤਾ, ਪਾਰਕਿੰਗ ਲਈ ਵੀ ਫੋਰਸ ਕੈਮਰੇ ਡੇ ਟੂ ਡੇ ਬੇਸਿਸ 'ਤੇ ਅਸੀਂ ਕਰਾਂਗੇ। ਤਕਰੀਬਨ 200 ਤੋਂ 300 ਬੰਦਾ ਸਾਡਾ ਡੇਲੀ ਲੱਗਿਆ ਕਰੇਗਾ, ਜਿਹਦੇ 'ਚ ਲੇਡੀ ਫੋਰਸ ਵੀ ਹੋਏਗੀ। ਬਾਕੀ ਸਾਰਾ ਜਿਹੜਾ ਇਹ ਕੰਪਲੈਕਸ ਇਹਨਾਂ ਤਿਆਰ ਕੀਤਾ, ਇਹਦੇ ਵਿੱਚ CCTV ਕੈਮਰੇ ਲੱਗੇ ਨੇ, ਉਹ ਵੀ ਮੋਨੀਟਰ ਕਰਾਂਗੇ। ਆਪ ਜੀ ਨੂੰ ਸਾਰਿਆਂ ਨੂੰ ਪਤਾ ਹੈ ਕਿ ਆਪਣੇ ਜ਼ਿਲ੍ਹੇ 'ਚ ਇਹ ਜਿਹੜਾ 14 ਤਾਰੀਖ ਤੋਂ ਲੈ ਕੇ 25 ਮਾਰਚ ਤੱਕ ਸਾਰਸ ਮੇਲਾ ਲੱਗ ਰਿਹਾ ਹੈ। ਜ਼ਿਲ੍ਹਾ ਗੁਰਦਾਸਪੁਰ 'ਚ ਬਟਾਲਾ ਦਾਣਾ ਮੰਡੀ ਅਸੀਂ ਵੈਨਿਊ ਆਈਡੈਂਟੀਫਾਈ ਕੀਤਾ ਹੈ। ਇੱਥੇ ਆਪਣੇ ਸਭ ਤੋਂ ਵੱਡੀ ਚੀਜ਼ ਇਹ ਹੈਗੀ ਕਿ ਲਗਭਗ 10 ਤੋਂ 12 ਸਟੇਟਸ ਤੋਂ ਡਿਫਰੈਂਟ ਜਿਹੜੇ ਹੈਂਡਲੂਮ ਅਤੇ ਹੈਂਡੀਕ੍ਰਾਫਟ ਦੇ ਆਰਟੀਜ਼ਨਸ ਹੈ, ਉਹ ਇੱਥੇ ਆਪਣੇ ਸਮਾਨ ਲੈ ਕੇ ਆਉਣਗੇ।
ਅਤੇ ਲੋਕਾਂ ਦੇ ਨਾਲ ਉਹਨਾਂ ਨੇ ਨਾ ਕੇਵਲ ਆਪਣਾ ਸਮਾਨ ਵੇਚਣਾ ਬਲਕਿ ਆਪਣੀ ਸਟੇਟ ਦੀ ਆਰਟ ਵੀ ਉਹਨਾਂ ਨੇ ਲੋਕਾਂ ਨੂੰ ਇੱਥੇ ਡਿਸਪਲੇ ਕਰਨੀ ਹੈ। ਉਸ ਤੋਂ ਇਲਾਵਾ ਇਹ ਲੋਕਾਂ ਨੂੰ ਆਪਾਂ ਇੱਥੇ ਠਹਿਰਾਉਣ ਦਾ, ਇਹਨਾਂ ਦੇ ਰਹਿਣ ਦਾ ਵੀ ਪ੍ਰਬੰਧ ਆਪਾਂ ਇੱਥੇ ਹੀ ਕਰਨਾ, ਕਿਉਂਕਿ ਸਾਰੇ ਆਪਣੇ ਮਹਿਮਾਨ ਹੋਣਗੇ। ਲਗਭਗ ਅਸੀਂ ਐਕਸਪੈਕਟ ਕਰ ਰਹੇ ਹਾਂ ਕਿ ਸਾਡੇ ਕੋਲ 150 ਸਟਾਲ ਬਾਹਰ ਵਾਲੇ 10 ਸਟੇਟਾਂ 12 ਸਟੇਟਾਂ ਤੋਂ ਜਿੱਥੋਂ ਤੋਂ ਲੋਕ ਆਉਣਗੇ ਉੱਥੋਂ ਤੋਂ ਆਪਾਂ 150 ਸਟਾਲ ਲਗਾਵਾਂਗੇ। ਇਸ ਤੋਂ ਇਲਾਵਾ ਪੰਜਾਬ ਦੇ ਲੋਕਲ ਜਿਹੜੇ ਇੰਡਸਟਰੀ ਹੈ ਅਤੇ ਲੋਕਲ ਜਿਹੜੇ ਰਿਕੁਆਇਰਮੈਂਟ ਹੈ ਉਹਦੇ ਲਈ ਵੀ ਆਪਾਂ ਘੱਟੋ ਘੱਟ 100 ਤੋਂ ਵੱਧ ਸਟਾਲਸ ਰੱਖੇ ਹੋਏ ਨੇ, ਜਿੱਥੇ ਕਿ ਡਿਫਰੈਂਟ ਡਿਫਰੈਂਟ ਜ਼ਿਲ੍ਹਿਆਂ ਤੋਂ ਆਪਣੇ ਕੋਲ ਲੋਕ ਆ ਰਹੇ ਨੇ, ਉਹ ਆਪਣੇ 'ਤੇ ਸਟਾਲ ਲਗਾਉਣਗੇ। ਗੁਰਦਾਸਪੁਰ ਤੋਂ ਰਿਸ਼ਪਾਲ ਸਿੰਘ ਦੀ ਰਿਪੋਰਟ। ਇਹ ਜ਼ਿੰਦਗੀ ਦੀ ਭੱਜ ਨੱਟ ਕਾਰਨ ਤਣਾਅ ਦਾ ਨਤੀਜਾ ਇਹ ਹੈ ਕਿ ਦਿਨੋ ਦਿਨ ਸਹਿਣਸ਼ੀਲਤਾ ਖਤਮ ਹੁੰਦੀ ਜਾ ਰਹੀ ਹੈ। ਲੁਧਿਆਣਾ ਵਿੱਚ ਇੱਕ ਪੈਟਰੋਲ ਪੰਪ 'ਤੇ ਮਾਮੂਲੀ ਗੱਲਬਾਤ ਨੂੰ ਲੈ ਕੇ 2 ਨੌਜਵਾਨਾਂ ਵਿੱਚ ਜੰਮ ਕੇ ਲੜਾਈ ਹੋਈ, ਪੁਲਿਸ ਕਾਰਵਾਈ ਕਰ ਰਹੀ ਹੈ। ਲੁਧਿਆਣਾ ਦੀ ਬਸਤੀ ਜੋਧੇਵਾਲ ਕੋਲ ਇੱਕ ਪੈਟਰੋਲ ਪੰਪ 'ਤੇ ਨੌਜਵਾਨਾਂ ਵਿਚਕਾਰ ਮਾਮੂਲੀ ਤਕਰਾਰ ਲੜਾਈ ਦਾ ਭਿਆਨਕ ਰੂਪ ਧਾਰਨ ਕਰ ਗਈ। ਇਸ ਲੜਾਈ ਵਿੱਚ 2 ਨੌਜਵਾਨ ਜ਼ਖਮੀ ਹੋ ਗਏ। ਲੜਾਈ ਦੀ ਸਾਰੀ ਘਟਨਾ ਉੱਥੇ ਲੱਗੇ CCTV ਕੈਮਰਿਆਂ ਵਿੱਚ ਕੈਦ ਹੋ ਗਈ, ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਇੱਕ ਨੌਜਵਾਨ ਮੋਟਰਸਾਈਕਲ ਵਿੱਚ ਪੈਟਰੋਲ ਪਵਾਉਣ ਲਈ ਉੱਥੇ ਖੜ੍ਹਾ ਸੀ ਕਿ ਇੱਕ ਹੋਰ ਬਾਈਕ ਸਵਾਰ ਵਿਚਾਲੇ ਆ ਕੇ ਖੜ੍ਹ ਗਿਆ। ਇਸ ਮਗਰੋਂ ਉਹ ਦੋਹੇ ਬਹਿਸਣ ਲੱਗ ਪਏ, ਝਗੜਾ ਵੱਧ ਗਿਆ ਅਤੇ ਲੜਾਈ ਵਿੱਚ ਦੋਹੇ ਨੌਜਵਾਨ ਜ਼ਖਮੀ ਹੋ ਗਏ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕਰਕੇ ਦੋਸ਼ੀ ਵਿਰੁੱਧ ਕਾਰਵਾਈ ਕੀਤੀ ਜਾ ਰਹੀ ਹੈ। ਉਹ ਮੁੰਡਾ ਸੀ ਪਹਿਲਾਂ ਤੇਲ ਪਵਾ ਰਹੇ ਸੀ ਇੱਥੇ, ਅਤੇ ਉਹ ਦੂਸਰਾ ਮੁੰਡਾ ਆਇਆ ਜਦ ਉਹਦੇ ਨਾਲ ਬਿਲਕੁਲ ਨਾਲ ਟੱਚ ਕੀਤਾ, ਜ਼ਿਆਦਾ ਨਹੀਂ ਕੀਤਾ, ਮਤਲਬ ਬਸ ਉਹਨਾਂ ਦੀ ਪਤਾ ਨਹੀਂ ਪਿੱਛੇ ਦੀ ਕੋਈ ਰੰਜਿਸ਼ ਕੀ ਸੀਗਾ, ਬਸ ਉਹ ਆਪਸ ਵਿੱਚ ਮਾੜੀ ਬਹਿਸਬਾਜ਼ੀ ਕੀਤੀ, ਉਸ ਤੋਂ ਬਾਅਦ ਲੜਨਾ ਸ਼ੁਰੂ ਕਰਤਾ ਉਹਨਾਂ ਨੇ। ਉਸ ਤੋਂ ਬਾਅਦ ਦੋਨਾਂ ਨੇ ਲੜ ਲਏ ਥੋੜ੍ਹੀ ਦੇਰ, ਉਸ ਤੋਂ ਬਾਅਦ ਅਲੱਗ ਅਲੱਗ ਕਰਕੇ ਉਹਨਾਂ ਦੋਨਾਂ ਨੇ ਆਪਣੇ ਆਪਣੇ ਮੁੰਡੇ ਬੁਲਾ ਲਏ। ਹਾਂਜੀ, ਉਸ ਤੋਂ ਬਾਅਦ ਚੰਗੀ ਲੜਾਈ ਹੋਈ, ਵਧੀਆ। ਨਹੀਂ, ਹਥਿਆਰ ਕੋਈ ਨਹੀਂ ਸੀਗਾ ਜੀ, ਸਾਡਾ ਕੋਈ ਨਹੀਂ ਕੀਤਾ, ਬਸ ਬਾਲਟੀ ਮਾੜੀ ਚਿੱਬੀ ਆ। ਹਾਂਜੀ ਹਾਂਜੀ, ਸ਼ਰੇਆਮ ਵੀ ਸੀਗੀ। ਹਾਂਜੀ, ਪੁਲਿਸ ਵਾਲਾ ਕੋਈ ਨਹੀਂ ਆਇਆ ਜੀ। ਹਾਂਜੀ, ਪੁਲਿਸ ਵਾਲੇ ਬਾਅਦ 'ਚ ਆਏ ਸੀ, PCR ਵਾਲੇ ਆਏ। ਨਹੀਂ, ਸਾਨੂੰ ਨਹੀਂ ਕਹਿੰਦੇ, ਉਹ ਆਫਿਸ ਦੇ ਵਿੱਚ ਗੱਲ ਹੋਈ ਸੀ। ਇਹਦੇ ਖਿਲਾਫ਼ MLR ਅੱਜ ਹਾਸਲ ਕੀਤੀ ਗਈ ਆ, ਉਸ ਬੰਦੇ ਨੂੰ ਮਦਈ ਨੂੰ ਬੁਲਾ ਕੇ ਉਹਦਾ ਬਿਆਨ ਹਾਸਲ ਕਰਕੇ ਜੋ ਵੀ ਜੁਰਮ ਉਹਦੇ ਤਹਿਤ ਮੁਕੱਦਮਾ ਦਰਜ ਕਰਕੇ ਇਹਨਾਂ ਬੰਦਿਆਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰ ਕੀਤਾ ਜਾਊਗਾ ਅਤੇ ਅਗਲੀ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਹਾਂਜੀ, ਇਹਨਾਂ ਦੇ ਤੌਰ 'ਤੇ ਇਹਨਾਂ ਨੂੰ ਬੁਲਾਉਣ ਦੀ ਇੱਥੇ ਕੋਸ਼ਿਸ਼ ਕੀਤੀ ਗਈ, ਪਰ ਇਹ ਮਿਲੇ ਨੇ, ਘਰਾਂ ਤੋਂ ਭੱਜੇ ਨੇ, ਅਤੇ ਇਹਨਾਂ ਨੂੰ ਮੁਕੱਦਮੇ ਦੇ ਵਿੱਚ ਦਰਜ ਕਰਕੇ ਗ੍ਰਿਫਤਾਰ ਕੀਤਾ ਜਾਵੇਗਾ। ਲੁਧਿਆਣਾ ਤੋਂ ਸੰਜੀਵ ਰਾਜਪੂਤ ਦੀ ਰਿਪੋਰਟ। ਸ਼੍ਰੀ ਅੰਮ੍ਰਿਤਸਰ ਸਾਹਿਬ ਸਥਿਤ ਮਿਸ਼ਨ ਦੀਪ ਸਕੂਲ ਸੱਚਮੁੱਚ ਮਿਸ਼ਨਰੀ ਹੈ। ਇੱਥੇ ਸਿੱਖ ਧਰਮ ਦੇ ਬਾਣੀ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਕਿਰਤ ਕਰੋ ਵੰਡ ਛਕੋ ਨਾਮ ਜਪੋ ਨੂੰ ਅਮਲੀ ਰੂਪ ਦਿੱਤਾ ਜਾ ਰਿਹਾ ਹੈ। ਗੁਰੂ ਕੀ ਨਗਰੀ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਦੀਪ ਮਿਸ਼ਨ ਸਕੂਲ ਵਿੱਚ ਬਿਲਕੁਲ ਮੁਫਤ ਵਿੱਦਿਆ ਦਿੱਤੀ ਜਾਂਦੀ ਹੈ। ਪੜ੍ਹਾਈ ਦੇ ਨਾਲ ਨਾਲ ਸਕੂਲੀ ਵਿਦਿਆਰਥੀਆਂ ਨੂੰ ਹਾਲਾਤਾਂ ਨਾਲ ਜੂਝਣ ਲਈ ਜੁੱਡੋ, ਕਰਾਟੇ, ਬਾਕਸਿੰਗ ਤੋਂ ਇਲਾਵਾ ਕੰਪਿਊਟਰ, ਸਿਲਾਈ ਕਢਾਈ ਦੀ ਸਿਖਲਾਈ ਬਿਲਕੁਲ ਮੁਫਤ ਹੈ। ਸੰਗੀਤ ਨਾਲ ਸਰੋਕਾਰ ਰੱਖਣ ਵਾਲੇ ਵਿਦਿਆਰਥੀਆਂ ਲਈ ਬਾਜਾ ਸਿੱਖਣ, ਤਬਲਾ ਵਜਾਉਣਾ, ਗਾਉਣਾ ਆਦਿ ਲਈ ਤਜਰਬੇਕਾਰ ਅਧਿਆਪਕਾਂ ਦਾ ਪ੍ਰਬੰਧ ਹੈ। ਸਰੀਰਕ ਤੌਰ 'ਤੇ ਫਿੱਟ ਰਹਿਣ ਲਈ ਵਿਦਿਆਰਥੀਆਂ ਖਾਤਰ ਖੇਡ ਢਾਂਚਾ ਵੀ ਮੁਹੱਈਆ ਕਰਵਾਇਆ ਜਾਂਦਾ ਹੈ। ਅਧਿਆਪਕਾਂ ਦਾ ਕਹਿਣਾ ਹੈ ਕਿ ਉਹ ਪੂਰੀ ਮਿਹਨਤ ਨਾਲ ਬੱਚਿਆਂ ਨੂੰ ਪੜ੍ਹਾ ਰਹੇ ਹਨ। ਮੈਂ ਇਹ ਕਹਿਣਾ ਚਾਹਾਂਗੀ ਕਿ ਮੈਨੂੰ ਇੱਥੇ ਆਣ ਕੇ ਬਹੁਤ ਵਧੀਆ ਲੱਗਾ ਅਤੇ ਮੈਨੂੰ ਇਸ ਸਕੂਲ ਵਿੱਚ ਬਹੁਤ ਸਹੂਲਤਾਂ ਪ੍ਰਾਪਤ ਹੋਈਆਂ ਸਨ ਅਤੇ ਮੈਨੂੰ ਇੱਥੇ 3 ਸਾਲ ਹੋ ਗਏ ਇੱਥੇ ਆਏ ਨੂੰ। ਇੱਥੇ ਹਾਰਮੋਨੀਅਮ, ਤਬਲਾ, ਗੱਤਕਾ ਅਤੇ ਸਿਲਾਈ ਦਾ ਕੰਮ ਵੀ ਸਿਖਾਇਆ ਜਾਂਦਾ। ਸਿੱਖ ਧਰਮ ਦੇ ਬਾਣੀ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਕਿਰਤ ਕਰੋ ਨਾਮ ਜਪੋ ਵੰਡ ਛਕੋ ਨੂੰ ਦੀਪ ਮਿਸ਼ਨ ਸਕੂਲ ਅਮਲੀ ਰੂਪ ਵਿੱਚ ਲਾਗੂ ਕਰ ਰਿਹਾ ਹੈ।
ਸਕੂਲ ਵਿੱਚ ਸਵੇਰ ਵੇਲੇ ਵਿਦਿਆਰਥੀ ਅੱਧਾ ਘੰਟਾ ਗੁਰਬਾਣੀ ਦਾ ਪਾਠ ਕਰਦੇ ਹਨ। ਬੱਚਿਆਂ ਲਈ ਸਾਫ਼ ਸੁਥਰਾ ਪੌਸ਼ਟਿਕ ਖਾਣਾ ਤਿਆਰ ਹੁੰਦਾ ਹੈ। ਬੱਚੇ ਆਪਣੇ ਗਰੁੱਪਾਂ ਅਨੁਸਾਰ ਆਪ ਲੰਗਰ ਵਰਤਾਉਂਦੇ ਹਨ। ਮਿਸ਼ਨ ਸਕੂਲ ਦੀਆਂ 4 ਇਕਾਈਆਂ ਹਨ। ਹਰ ਬ੍ਰਾਂਚ ਵਿੱਚ 600 ਦੇ ਕਰੀਬ ਵਿਦਿਆਰਥੀ ਹਨ ਜਿਨ੍ਹਾਂ ਲਈ ਸਭ ਕੁਝ ਮੁਫ਼ਤ ਹੈ। ਕੁਝ ਅਨਾਥ ਬੱਚਿਆਂ ਦੇ ਰਹਿਣ ਲਈ ਮੁਫ਼ਤ ਹੋਸਟਲ ਅਤੇ ਸਾਰੀਆਂ ਸਹੂਲਤਾਂ ਹਨ। ਸਕੂਲੀ ਬੱਚਿਆਂ ਦਾ ਕਹਿਣਾ ਸੀ ਕਿ ਉਹਨਾਂ ਨੂੰ ਫੀਸਾਂ ਦਾ ਕੋਈ ਫਿਕਰ ਨਹੀਂ ਅਤੇ ਪੜ੍ਹਨ ਲਈ ਸਕੂਲ ਆਉਣ 'ਤੇ ਉਹਨਾਂ ਨੂੰ ਸਕੂਨ ਮਿਲਦਾ ਹੈ। ਮੈਂ ਮਿਸ਼ਨ ਦੀਪ ਸਕੂਲ ਵਿੱਚ ਪੜ੍ਹਾਉਂਦੀ ਹਾਂ। ਮੈਨੂੰ ਕਾਫ਼ੀ ਸਾਲ ਹੋ ਗਏ ਨੇ ਇੱਥੇ ਕੰਮ ਕਰਦਿਆਂ, ਬਹੁਤ ਅੱਛਾ ਲੱਗ ਰਿਹਾ ਹੈ। ਔਰ ਇਹਦੀਆਂ 4 ਬ੍ਰਾਂਚ ਨੇ, 4 ਬ੍ਰਾਂਚ ਨੇ ਕਲਹਾਰਕਾ ਰੋਡ 'ਤੇ ਹੈ, ਇੱਕ ਮੇਨ ਔਫਿਸ ਜਿਹੜਾ ਰਣਜੀਤ ਹੈ ਉਹਨੂੰ ਏ ਬਲੋਕ ਵਿੱਚ ਹੈ, ਔਰ ਇਹ ਪਲਾਸ ਸਾਹਿਬ ਰੋਡ ਦਾ ਮੇਨ ਸਕੂਲ ਦਾ ਜਿਹੜਾ ਹੋਲਡ ਹੈ ਮੇਰੇ ਕੋਲ ਹੈ। ਟੋਟਲ ਇੱਥੇ 500 ਬੱਚੇ ਹੈ ਜੀ। ਨਹੀਂ ਜੀ, ਫ੍ਰੀ ਹੈ ਜੀ, ਬਿਲਕੁਲ ਫ੍ਰੀ ਐਜੂਕੇਸ਼ਨ ਹੈ ਜੀ। ਹੋਰ ਵੀ ਕਾਫ਼ੀ ਐਜੂਕੇਸ਼ਨ ਦਾ ਖਰਚਾ ਜਿਹੜਾ ਸਾਡਾ ਮੇਨ ਮਤਲਬ ਸੇਵਾ ਹੈ, ਜੋ ਸੇਵਾ ਜਿੱਦਾਂ ਪਬਲਿਕ ਕੋਲ ਲਈ ਜਾਂਦੀ ਹੈ ਜਾਂ ਸੇਵਾ ਕੋਈ ਵੀ ਆਪਣੀ ਖੁਸ਼ੀ ਨਾਲ ਦੇਵੇ, ਠੀਕ ਹੈ ਜੀ। ਉਹਦੇ ਨਾਲ ਇੱਥੇ ਹਰਮੋਨੀਅਮ, ਤਬਲਾ, ਗੱਤਕਾ ਅਤੇ ਸਿਲਾਈ ਦਾ ਵੀ ਸਿਖਾਇਆ ਜਾਂਦਾ ਹੈ, ਪੇਂਟਿੰਗਸ ਦਾ ਵੀ ਸਿਖਾਇਆ ਜਾਂਦਾ ਹੈ, ਜਿਸ ਤਰ੍ਹਾਂ ਬਲੌਕ ਪੇਂਟਿੰਗਸ ਹੈ, ਆਇਲ ਪੇਂਟਿੰਗ ਹੈ, ਇਹ ਸਾਰੀ ਸਿਖਲਾਈ ਇੱਥੇ ਦਿੱਤੀ ਜਾਂਦੀ ਹੈ ਜੀ। ਕਿਸ ਤਰ੍ਹਾਂ ਦੇ ਬੱਚੇ ਇੱਥੇ ਪੜ੍ਹਦੇ ਆ? ਕਾਫ਼ੀ ਗਰੀਬ ਘਰ ਦੇ ਬੱਚੇ ਨੇ ਜਿਹੜੇ ਸਾਡੇ ਕੋਲ ਇੱਥੇ ਪੜ੍ਹਦੇ ਨੇ। ਇਹ ਕੋਈ ਯਤੀਮਖਾਨਾ ਨਹੀਂ ਹੈ, ਲੇਕਿਨ ਬੱਚੇ ਜਿਹੜੇ ਨੇ ਸਾਡੇ ਕੋਲ ਗਰੀਬ ਘਰਾਂ ਦੇ ਆਉਂਦੇ ਨੇ। ਸ਼੍ਰੀ ਅੰਮ੍ਰਿਤਸਰ ਸਾਹਿਬ ਤੋਂ ਸੋਨੂੰ ਨਰੂਲਾ ਦੀ ਵਿਸ਼ੇਸ਼ ਰਿਪੋਰਟ। ਬਠਿੰਡਾ ਵਿੱਚ ਕਿਸਾਨਾਂ ਨੇ ਖਾਲੀ ਚੈੱਕਾਂ ਨੂੰ ਲੈ ਕੇ ਸਹਿਕਾਰੀ ਸਭਾ ਦੇ ਮੁੱਖ ਦਫ਼ਤਰ ਅੱਗੇ ਧਰਨਾ ਸ਼ੁਰੂ ਕਰ ਦਿੱਤਾ। ਕਿਸਾਨਾਂ ਦਾ ਦੋਸ਼ ਹੈ ਕਿ ਉਹਨਾਂ ਤੋਂ ਲਏ ਗੈਰ ਕਾਨੂੰਨੀ ਤੌਰ 'ਤੇ ਖਾਲੀ ਚੈੱਕਾਂ ਦੀ ਦੁਰਵਰਤੋਂ ਕੀਤੀ ਜਾਂਦੀ ਹੈ। ਕਿਸਾਨ ਯੂਨੀਅਨ ਉਗਰਾਹਾਂ ਗਰੁੱਪ ਵੱਲੋਂ ਬਠਿੰਡਾ ਵਿੱਚ ਖਾਲੀ ਚੈੱਕਾਂ ਨੂੰ ਲੈ ਕੇ ਕਿਸਾਨਾਂ ਨੇ ਧਰਨਾ ਦਿੱਤਾ। ਕਿਸਾਨਾਂ ਨੇ ਦੋਸ਼ ਲਾਇਆ ਕਿ ਜਦੋਂ ਉਹ ਮਜਬੂਰੀ ਵੱਸ ਕਰਜ਼ਾ ਲੈਂਦੇ ਹਨ ਤਾਂ ਬੈਂਕਾਂ, ਸਹਿਕਾਰੀ ਸਭਾਵਾਂ ਅਤੇ ਆੜ੍ਹਤੀਏ ਖਾਲੀ ਚੈੱਕ ਲੈ ਲੈਂਦੇ ਹਨ, ਜੋ ਕਿ ਗੈਰ ਕਾਨੂੰਨੀ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਖਾਲੀ ਚੈੱਕ 'ਤੇ ਵੱਡੀ ਰਕਮ ਭਰ ਕੇ ਉਹਨਾਂ ਨੂੰ ਬਲੈਕਮੇਲ ਵੀ ਕੀਤਾ ਜਾਂਦਾ ਹੈ। ਅਸੀਂ ਅੱਜ ਜੋ ਇਹ ਕਹਿਣਾ ਚਾਹੁੰਦੇ ਹਾਂ ਵੀ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਵਾਅਦੇ ਕੀਤੇ ਸੀ, ਸਮੁੱਚਾ ਕਰਜ਼ਾ ਖਤਮ ਕਰਨ ਦਾ, ਬੇਰੁਜ਼ਗਾਰੀ ਖਤਮ ਕਰਨ ਦਾ, ਨਸ਼ਾ ਦਾ ਖਾਤਮਾ, ਕੈਪਟਨ ਨੇ ਐਸੇ ਬਠਿੰਡੇ ਦੀ ਧਰਤੀ 'ਤੇ ਗੁਟਕਾ ਸਾਹਿਬ ਦੀ ਸਹੁੰ ਖਾ ਕੇ, ਤਖ਼ਤ ਸਾਹਿਬ ਨੇ ਮੂੰਹ ਭਰ ਕੇ ਸਹੁੰ ਖਾਧੀ ਸੀ ਵੀ ਇਹ ਸਾਰੇ ਮਸਲੇ ਅਸੀਂ ਸਰਕਾਰ ਬਣਦਿਆਂ ਸਰ ਹੱਲ ਕਰ ਦਾਂਗੇ। 2 ਸਾਲ ਤੋਂ ਉੱਪਰ ਕੈਪਟਨ ਨੂੰ ਰਾਜਗੱਦੀ ਨੂੰ ਸਾਂਭਿਆ ਨੂੰ ਹੋ ਗਿਆ, ਹਲੇ ਤੱਕ ਅੰਸ਼ਕ ਜਿਹੜਾ ਕਰਜ਼ੇ ਦੀ ਰਾਹਤ ਦਿੱਤੀ ਹੈ, ਅੱਡ ਅੱਡ ਬਹਾਨਿਆਂ ਦੇ ਤਹਿਤ ਪੂਰੇ ਦਾ ਪੂਰਾ ਕਰਜ਼ਾ ਕਿਸਾਨਾਂ ਸਿਰ ਉਹਨੇ ਖੜ੍ਹਾ ਹੈ। ਬੇਰੁਜ਼ਗਾਰੀ ਦਾ ਇਹ ਪੋਸਟਰ, ਬੇਰੁਜ਼ਗਾਰੀ ਦਾ ਹੋਰ ਕਾਲ ਪਿਆ ਹੋਇਆ, ਨਸ਼ਿਆਂ ਦਾ ਖਾਤਮਾ ਕਰਨ ਦੀ ਵੀ ਉਹ ਰੋਜ਼ ਸਾਡੇ ਗੱਭਰੂ ਨੌਜਵਾਨ ਹੈ ਜਿਹੜੇ ਉਹ ਨਸ਼ਿਆਂ ਦੀ ਭੇਟ ਚੜ੍ਹ ਰਹੇ ਹੈ। ਇਸ ਕਰਕੇ ਅਸੀਂ ਵਾਅਦੇ ਪੂਰੇ ਕਰਾਉਣ ਖਾਤਰ ਕੈਪਟਨ ਸਰਕਾਰ ਨਾਲ ਜਿੱਥੇ ਲੜਾਈ ਹੈ, ਕਰਜ਼ਿਆਂ ਨਾਲ ਸੰਬੰਧਿਤ ਮਾਫ਼ੀ ਕਰਨ ਦੀ ਬਜਾਏ ਤਾਂ ਖਾਲੀ ਚੈੱਕ ਲੈ ਕੇ, ਪਰੋ ਨੋਟ ਲੈ ਕੇ ਸਾਡੇ ਕਿਸਾਨਾਂ ਮਜ਼ਦੂਰਾਂ ਨੂੰ ਖੱਜਲ ਖੁਆਰ ਕੀਤਾ ਜਾ ਰਿਹਾ। ਅਸੀਂ ਇਹਨਾਂ ਸਮੱਸਿਆ ਨੂੰ ਹੱਲ ਕਰਾਉਣ ਖਾਤਰ ਲਗਾਤਾਰ ਲੜਾਈ ਦੇ ਮੈਦਾਨ ਦੇ ਵਿੱਚ ਹਾਂ। ਬਠਿੰਡਾ ਤੋਂ ਯਸ਼ਪਾਲ ਦੀ ਰਿਪੋਰਟ। ਬਰਨਾਲਾ ਵਿੱਚ ਵੀ ਕਿਸਾਨਾਂ ਨੇ ਖਾਲੀ ਚੈੱਕਾਂ ਵਿਰੁੱਧ ਲਾਇਆ ਧਰਨਾ, ਦੂਜੇ ਦਿਨ ਵੀ ਜਾਰੀ ਰਿਹਾ। ਕਿਸਾਨਾਂ ਨੇ ਚੇਤਾਵਨੀ ਦਿੰਦਿਆਂ ਕਿਹਾ ਹੈ ਕਿ ਖਾਲੀ ਚੈੱਕ ਵਾਪਸ ਨਾ ਕੀਤੇ ਤਾਂ ਉਹ ਸੰਘਰਸ਼ ਤਿੱਖਾ ਕਰਨ ਤੋਂ ਵੀ ਗੁਰੇਜ਼ ਨਹੀਂ ਕਰਨਗੇ। ਜਿੱਥੇ ਬਠਿੰਡਾ ਵਿੱਚ ਕਿਸਾਨਾਂ ਵੱਲੋਂ ਖਾਲੀ ਚੈੱਕਾਂ ਨੂੰ ਲੈ ਕੇ ਧਰਨਾ ਜਾਰੀ ਹੈ, ਉੱਥੇ ਬਰਨਾਲਾ ਵਿੱਚ ਵੀ ਲਾਇਆ ਧਰਨਾ ਦੂਜੇ ਦਿਨ ਵਿੱਚ ਸ਼ਾਮਿਲ ਹੋ ਗਿਆ। ਬਰਨਾਲਾ ਦੇ ਸਹਿਕਾਰੀ ਖੇਤੀ ਵਿਕਾਸ ਬੈਂਕ ਅੱਗੇ ਲਾਏ ਧਰਨੇ ਨੂੰ ਸੰਬੋਧਨ ਕਰਦਿਆਂ ਉਗਰਾਹਾਂ ਗਰੁੱਪ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਪੰਜਾਬ ਅਤੇ ਕੇਂਦਰ ਸਰਕਾਰ ਦੇ ਵਾਅਦਿਆਂ ਖਿਲਾਫੀ ਵਿਰੁੱਧ ਆਵਾਜ਼ ਬੁਲੰਦ ਕੀਤੀ ਜਾਵੇਗੀ। ਉਸ ਨੇ ਦੱਸਿਆ ਕਿ ਕਿਸਾਨਾਂ ਨੂੰ ਕਰਜ਼ਾ ਦੇਣ ਸਮੇਂ ਜ਼ਮੀਨ ਦੀ ਗਰੰਟੀ ਦੇ ਕਾਗਜ਼ ਲੈਣ ਦੇ ਨਾਲ ਨਾਲ ਖਾਲੀ ਚੈੱਕਾਂ 'ਤੇ ਦਸਤਖਤ ਕਰਵਾ ਕੇ ਲੈ ਜਾਂਦੇ ਹਨ, ਜੋ ਕਿ ਗੈਰ ਕਾਨੂੰਨੀ ਹੈ। ਧਰਨਾਕਾਰੀਆਂ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਜਦੋਂ ਤੱਕ ਕਿਸਾਨਾਂ ਤੋਂ ਲਏ ਖਾਲੀ ਚੈੱਕ ਵਾਪਸ ਨਹੀਂ ਕੀਤੇ ਜਾਂਦੇ ਉਦੋਂ ਤੱਕ ਧਰਨਾ ਜਾਰੀ ਰਹੇਗਾ। ਇਹਦਾ ਜਿਹੜਾ ਧਰਨਾ ਸੀ ਲਾਇਆ ਜੀ, ਜੋ ਵੀ ਕਿਸਾਨਾਂ ਨੂੰ ਕਰਜ਼ਾ ਲੈਣ ਸਮੇਂ
ਕਰਜ਼ਾ ਲੈਂਦਾ ਕਿਸਾਨ ਤਾਂ ਬੈਂਕਾਂ ਇੱਕ ਪਾਸੇ ਤਾਂ ਉਹਨਾਂ ਤੋਂ ਰਜਿਸਟਰੀ ਕਰਾ ਲੈਂਦੀਆਂ ਜ਼ਮੀਨ ਦੀ ਏਕੜ ਦੀ, ਉਸ ਤੋਂ ਬਾਅਦ 5-6 ਕਿੱਲੇ ਦੀਆਂ ਗਿਰਦਾਵਰੀਆਂ ਲੈਂਦੀਆਂ ਜਿਹਦੇ ਕਰਕੇ 7-8 ਕਿੱਲੇ ਉਹ ਕਵਰ ਕਰ ਲੈਂਦੇ ਆ ਕਿਸਾਨ ਦੇ। ਉਦੋਂ ਬਾਅਦ ਜਿਹੜਾ ਗੈਰ ਕਾਨੂੰਨੀ ਤੌਰ ਦੇ ਉੱਤੇ ਖਾਲੀ ਚੱਕਾਂ 'ਤੇ ਸੈਨ ਕਰਾਉਂਦੇ ਨੇ ਇਹ, ਜਾਣੀ ਉਹਨਾਂ ਨੂੰ ਜਲੀਲ ਕਰਕੇ ਡਰਾ ਧਮਕਾ ਕੇ, ਜਿਹੜਾ ਕਿ ਸਾਡੇ ਸੰਵਿਧਾਨਕ ਦਾਇਰੇ ਦੇ ਵਿੱਚ ਨਹੀਂ ਆਉਂਦਾ ਵੀ ਕਿਸਾਨਾਂ ਤੋਂ ਖਾਲੀ ਚੱਕ ਭਰਾਏ ਜਾਣ। ਉਸ ਸੰਵਿਧਾਨ ਦੀਆਂ ਜਿਹੜੇ ਹਾਕਮ ਚੋਣਾਂ ਜਿੱਤ ਕੇ ਸੰਵਿਧਾਨ ਦੇ ਉੱਤੇ ਹੱਥ ਰੱਖ ਕੇ ਕਸਮਾਂ ਖਾਂਦੇ ਨੇ ਵੀ ਅਸੀਂ ਸੰਵਿਧਾਨ ਦੇ ਮੁਤਾਬਕ ਲੋਕਾਂ ਦੀ ਸੇਵਾ ਕਰਾਂਗੇ, ਅਤੇ ਆਹ ਸੰਵਿਧਾਨ ਦੀਆਂ ਧਜੀਆਂ ਡਾਂਗਾਂ ਜਾ ਰਹੀਆਂ ਜਿਹੜੀਆਂ ਗੈਰ ਕਾਨੂੰਨੀ ਖਾਲੀ ਚੱਕ ਭਰਾ ਕੇ ਕਿਸਾਨਾਂ ਨੂੰ ਜਲੀਲ ਕੀਤਾ ਜਾ ਰਿਹਾ। ਸਾਡੀ ਮੰਗ ਹੈ ਵੀ ਇਹ ਜਿਹੜੇ ਖਾਲੀ ਚੈੱਕ ਆ ਉਹ ਸਾਰੀਆਂ ਬੈਂਕਾਂ, ਚਾਹੇ ਪੰਜਾਬ ਨੈਸ਼ਨਲ ਬੈਂਕ ਦੇ ਅਧਿਕਾਰੀਆਂ ਨੇ ਹਾਈਕੋਰਟ ਜਾ ਕੇ ਇਹ ਮੰਨਿਆ ਵੀ ਅਸੀਂ ਚੈੱਕ ਵਾਪਸ ਕਰਾਂਗੇ, ਪਰ ਸਾਡਾ ਇਹ ਆ ਵੀ ਸਾਰੀਆਂ ਬੈਂਕਾਂ ਨੇ ਜਿਹੜੀਆਂ ਪੰਜਾਬ ਦੀਆਂ ਸਾਰਿਆਂ ਦੇ ਖਾਲੀ ਚੈੱਕ ਕਿਸਾਨਾਂ ਤੋਂ ਲਏ ਆ ਵੀ ਉਹ ਚੈੱਕ ਆ ਜਿਹੜੇ ਵਾਪਸ ਕੀਤੇ ਜਾਣ। ਬਰਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ। ਅਤੇ ਉੱਧਰ ਕਿਸਾਨਾਂ ਨੇ ਕਿੱਲਿਆਂਵਾਲੀ ਦੀ ਪੰਜਾਬ ਗ੍ਰਾਮੀਣ ਬੈਂਕ ਬਾਹਰ ਵੱਡੀ ਗਿਣਤੀ ਵਿੱਚ ਧਰਨਾ ਦਿੱਤਾ। ਕਿਸਾਨਾਂ ਦੀ ਮੰਗ ਹੈ ਕਿ ਉਹਨਾਂ ਕੋਲੋਂ ਦਸਖਤ ਕਰਵਾ ਕੇ ਖਾਲੀ ਚੈੱਕ ਵਾਪਸ ਕੀਤੇ ਜਾਣ। ਗਿੱਦੜਵਾਹਾ ਹਲਕੇ ਦੇ ਕਿੱਲਿਆਂਵਾਲੀ ਵਿੱਚ ਵੀ ਕਿਸਾਨਾਂ ਨੇ ਖਾਲੀ ਚੈੱਕ ਲੈਣ ਵਿਰੁੱਧ ਧਰਨਾ ਲਾਇਆ। ਸੰਘਰਸ਼ਕਾਰੀ ਕਿਸਾਨਾਂ ਨੇ ਮੰਗ ਕੀਤੀ ਕਿ ਬੈਂਕ ਉਹਨਾਂ ਦੇ ਖਾਲੀ ਚੈੱਕ ਤੁਰੰਤ ਵਾਪਸ ਕਰਨ। ਧਰਨੇ 'ਤੇ ਬੈਠੇ ਕਿਸਾਨਾਂ ਨੇ ਦੱਸਿਆ ਕਿ ਕਈ ਵਾਰ ਵੇਲੇ ਸਿਰ ਕਰਜ਼ੇ ਦੀ ਕਿਸ਼ਤ ਨਾ ਭਰੀ ਜਾਣ 'ਤੇ ਆੜ੍ਹਤੀ ਅਤੇ ਬੈਂਕ ਵਾਲੇ ਖਾਲੀ ਚੈੱਕ ਲਗਾ ਕੇ ਕਿਸਾਨਾਂ ਨੂੰ ਤੰਗ ਕਰਦੇ ਹਨ। ਅੱਜ ਅਸੀਂ ਸ੍ਰੀ ਮੁਕਤਸਰ ਸਾਹਿਬ ਦੀ ਜ਼ਿਲ੍ਹਾ ਕਮੇਟੀ ਵੱਲੋਂ ਫੈਸਲਾ ਕੀਤਾ ਹੈ ਕਿ ਜਿਹੜਾ ਮੰਡੀ ਡੱਬ ਵਾਲੀ ਗ੍ਰਾਮੀਣ ਬੈਂਕ, ਇਹਦੇ ਮੂਹਰੇ ਅਸੀਂ ਜਿਹੜਾ ਧਰਨਾ ਸ਼ੁਰੂ ਕੀਤਾ, ਇਹ ਧਰਨਾ ਅਸੀਂ ਜਿੰਨਾ ਚਿਰ ਚੈੱਕ ਵਾਪਸ ਨਹੀਂ ਕੀਤੇ ਜਾਂਦੇ ਇਹ ਉਨਾ ਚਿਰ ਲਗਾਤਾਰ ਹੀ ਚੱਲੂਗਾ। ਇਹਦੀ ਵਜ੍ਹਾ ਇਹ ਹੈ ਕਿ ਵੱਡੀ ਪੱਧਰ 'ਤੇ ਜਦੋਂ ਕਿਸਾਨ ਕਰਜ਼ਾ ਲੈਂਦੇ ਆ, ਚਾਹੇ ਉਹ ਬੈਂਕਾਂ ਕੋਲੋਂ ਲੈਂਦੇ ਆ ਚਾਹੇ ਆੜ੍ਹਤੀਆਂ ਕੋਲੋਂ ਲੈਂਦੇ ਆ, ਉਦੋਂ ਇਹ ਕਰਜ਼ਾ ਲੈਣ ਸਮੇਂ ਖਾਲੀ ਚੈੱਕ ਆਪਣੇ ਕੋਲ ਰੱਖ ਲੈਂਦੇ ਆ। ਬਾਅਦ 'ਚ ਜਿਹੜਾ ਕਿਸਾਨਾਂ ਦਾ ਗਲ ਦਾ ਫਾਹਾ ਬਣ ਜਾਂਦੇ ਆ, ਇਹ ਬਾਉਂਸ ਕਰਾ ਕੇ ਬੈਂਕਾਂ ਤੋਂ ਫਿਰ ਅਦਾਲਤ ਦੇ ਵਿੱਚ ਕੇਸ ਕਰਦੇ ਆ, ਉਹਦੇ ਵਿੱਚ ਸਜ਼ਾਵਾਂ ਹੁੰਦੀਆਂ, ਉਹਦੇ ਵਿੱਚ ਜੁਰਮਾਨੇ ਲਾਏ ਜਾਂਦੇ ਆ, ਭਾਰੀ ਜੁਰਮਾਨੇ, ਅਤੇ ਕਿਸਾਨਾਂ ਨੂੰ ਖੁਦਕੁਸ਼ੀਆਂ ਵੱਲ ਧੱਕਿਆ ਜਾ ਰਿਹਾ। ਪਹਿਲਾਂ ਵੀ ਸਾਡਾ ਕਿਸਾਨ ਵੱਡੀ ਪੱਧਰ 'ਤੇ ਖੁਦਕੁਸ਼ੀਆਂ ਦੇ ਰਾਹ ਪਿਆ ਹੋਇਆ। ਇਸ ਕਰਕੇ ਪੰਜਾਬ ਦੀਆਂ 7 ਸੰਘਰਸ਼ੀ ਜਥੇਬੰਦੀਆਂ ਨੇ ਲੁਧਿਆਣੇ ਲੀਡ ਬੈਂਕ ਦੇ ਸਾਹਮਣੇ 18 ਫਰਵਰੀ ਨੂੰ ਅਣਮਿੱਥੇ ਸਮੇਂ ਦਾ ਧਰਨਾ ਸ਼ੁਰੂ ਕੀਤਾ ਸੀ, ਅਤੇ 20 ਫਰਵਰੀ ਨੂੰ ਜਿਹੜਾ ਸਹਿਕਾਰਤਾ ਮੰਤਰੀ ਸੁਖਜਿੰਦਰ ਰੰਧਾਵਾ ਉਹਨੇ ਪੰਜਾਬ ਦੀਆਂ 7 ਸੰਘਰਸ਼ੀ ਜਥੇਬੰਦੀਆਂ 'ਚ ਇਹ ਮੰਨਿਆ ਕਿ ਖਾਲੀ ਚੈੱਕ ਲੈਣਾ ਗੈਰ ਕਾਨੂੰਨੀ ਆ। ਗਿੱਦੜਵਾਹਾ ਤੋਂ ਸੋਨੀ ਡੱਲਾ ਦੀ ਰਿਪੋਰਟ। ਗਊਸੈਸ ਲੈਣ ਦੇ ਬਾਵਜੂਦ ਵੀ ਗਿੱਦੜਵਾਹਾ ਵਿੱਚ ਆਵਾਰਾ ਗਾਵਾਂ ਸੜਕ ਹਾਦਸਿਆਂ ਦਾ ਕਾਰਨ ਬਣ ਰਹੀਆਂ ਹਨ। ਸ਼ਹਿਰੀਆਂ ਦਾ ਕਹਿਣਾ ਹੈ ਕਿ ਆਵਾਰਾ ਪਸ਼ੂਆਂ ਦੀ ਸਮੱਸਿਆ ਦਾ ਤੁਰੰਤ ਹੱਲ ਕੀਤਾ ਜਾਵੇ। ਗਿੱਦੜਵਾਹਾ ਵਿੱਚ ਸੜਕਾਂ 'ਤੇ ਆਮ ਹੀ ਗਾਵਾਂ ਤੁਰਦੀਆਂ ਫਿਰਦੀਆਂ ਨਜ਼ਰ ਆਉਂਦੀਆਂ ਹਨ। ਸ਼ਹਿਰ ਦੇ ਭਾਰੂ ਚੌਂਕ ਵਿੱਚ ਆਵਾਰਾ ਗਊਆਂ ਭਾਰੂ ਹਨ। ਸਰਕਾਰ ਵੱਲੋਂ ਗਊ ਸੈਸ ਲੈਣ ਦੇ ਬਾਵਜੂਦ ਵੀ ਇਹਨਾਂ ਆਵਾਰਾ ਪਸ਼ੂਆਂ ਦਾ ਕੋਈ ਹੱਲ ਨਾ ਕੱਢਣ 'ਤੇ ਸ਼ਹਿਰੀ ਪਰੇਸ਼ਾਨ ਹਨ। ਲੋਕਾਂ ਦਾ ਕਹਿਣਾ ਹੈ ਕਿ ਸੜਕਾਂ 'ਤੇ ਗਾਵਾਂ ਸੜਕ ਹਾਦਸਿਆਂ ਨੂੰ ਅੰਜਾਮ ਦੇ ਰਹੀਆਂ ਹਨ। ਰਾਤ ਵੇਲੇ ਆਵਾਰਾ ਪਸ਼ੂਆਂ ਦਾ ਲਾਰਾ ਕਈ ਕੀਮਤੀ ਮਨੁੱਖੀ ਜਾਨਾਂ ਲੈ ਚੁੱਕਿਆ ਹੈ। ਇਹ ਤਾਂ ਕਹਿਣਾ ਚਾਹੁੰਦੇ ਜੀ ਕਿ ਇਹਨਾਂ ਦਾ ਮਤਲਬ ਸਰਕਾਰ ਕੋਈ ਪੱਕਾ ਬੰਦੋਬਸਤ ਕਰੇ, ਇਹਨਾਂ ਨੂੰ ਰੱਤੇ ਖੇੜੇ ਜਿਹੜੀ ਗਊਸ਼ਾਲਾ ਬਣੀ ਹੈ ਉੱਥੇ ਲਿਜਾ ਕੇ ਛੱਡੇ, ਇੱਥੇ ਆਵਾਰਾ ਢੱਟੇ ਆਮ ਭਿੜਦੇ ਰਹਿੰਦੇ ਹੈਗੇ, ਅਤੇ ਰਾਹਗੀਰਾਂ ਵਾਸਤੇ ਸਾਡੇ ਬੱਚਿਆਂ ਵਾਸਤੇ ਮਤਲਬ ਜਾਣ ਦਾ ਖੌਫ ਬਣਿਆ ਹੋਇਆ ਹੈ। ਕਈ ਵਾਰੀ ਇਹਨਾਂ ਨਾਲ ਟਕਰਾ ਕੇ ਐਕਸੀਡੈਂਟ ਵੀ ਹੁੰਦੇ ਹੈਗੇ, ਹਾਂਜੀ, ਅਤੇ ਇਹ ਸਾਨੂੰ ਮਾਰਨ ਵੀ ਪੈ ਜਾਂਦੇ ਜੇ ਅਸੀਂ ਇਹਨਾਂ ਨੂੰ ਥੋੜ੍ਹਾ ਜਿਹਾ ਮਤਲਬ ਸੜਕ ਤੋਂ ਪਾਸੇ ਕਰਦੇ ਹਾਂ।
ਤਾਂ ਇਹ ਸਾਨੂੰ ਮਤਲਬ ਅੱਗੋਂ ਮਾਰਨ ਵੀ ਪੈਂਦੇ ਹੈਗੇ ਕਈ ਵਾਰੀ ਮਤਲਬ ਸਾਨੂੰ ਡਿੱਗਿਆ ਵੀ ਇਹਨਾਂ ਨੇ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਇਹਨਾਂ ਨੂੰ ਮਤਲਬ ਕਿਸੇ ਯੋਗ ਥਾਂ ਲਿਜਾ ਕੇ ਛੱਡਿਆ ਜਾਵੇ ਉੱਥੇ ਸੇਵਾ ਸੰਭਾਲ ਜਿਹੜੀ ਹੈਗੀ ਸਰਕਾਰ ਕਰੇ ਸਾਥੋਂ ਸਰਕਾਰ ਗਊ ਸੈਸ ਲੈਂਦੀ ਹੈਗੀ ਬਿਜਲੀ ਬਿੱਲਾਂ 'ਚ ਲੱਗਦਾ ਹੈਗਾ ਹਾਂਜੀ ਉਹਦੇ ਉਸ ਕਰਕੇ ਮਤਲਬ ਅਸੀਂ ਮੰਗ ਕਰਦੇ ਹਾਂ ਪੁਰਜ਼ੋਰ ਮੰਗ ਹੈ ਸਾਡੀ ਕਿ ਇਹ ਅਵਾਰਾ ਪਸ਼ੂ ਜਿੰਨੇ ਵੀ ਇੱਥੇ ਸਾਡੇ ਹਲਕੇ 'ਚ ਫਿਰਦੇ ਹੈ 200-250 ਉਹਨਾਂ ਦਾ ਕੋਈ ਪੁਖਤਾ ਪੱਕਾ ਬੰਦੋਬਸਤ ਸ਼੍ਰੀ ਮੁਕਤਸਰ ਸਾਹਿਬ ਤੋਂ ਤਰਸੇਮ ਢੋਡੀ ਦੀ ਰਿਪੋਰਟ ਫਿਲਹਾਲ ਦੇ ਲਈ ਇੰਨਾ ਹੀ ਤਾਜ਼ਾ ਤਰੀਨ ਜਾਣਕਾਰੀ ਦੇ ਲਈ ਜੁੜੇ ਰਹੋ ਸੀਸੀ ਨਵਾਜ਼ ਦੇ ਨਾਲ ਅਤੇ ਜੇਕਰ ਤੁਸੀਂ ਵੀ ਸਾਡਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਦਿੱਤੇ ਹੋਏ ਥੱਲੜੇ ਨੰਬਰਾਂ 'ਤੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਅਗਲੇਰੀ ਜਾਣਕਾਰੀ ਤੱਕ ਮੈਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ